फ्रेंड्स वेलकम थोड़ा सारे दा मेरे चैनल ते। अज आप बनावांगे आटे दे बिस्कुट बहुत ही आसान तरीके नाल घर विच ही। इसलिए असी लवांगे दो कप आटा। जेकर तुहाडे कोले मेजरमेंट वाले कप नहीं हैगे तां असी सिंपल चाह वाले कप नाल भी मेजरमेंट कर सकते हैं। उस नाल भी तुसी दो कप आटा लेना ते उस विच एक कप चीनी दा पाउणा है। ये चीनी नूं मैं मिक्सी विच पहलां ग्राइंड कर लिया सी ताकि इसनूं मिक्स करन विच आसानी होवे। हुण असीं इहनां नूं आपस विच आटे ते चीनी नूं मिक्स करांगे। इस विच असीं अद्धा कप रिफाइंड ऑयल या फिर डालडा घ्यो दा पावांगे। वैसे मैं इस विच डालडा घ्यो ही प्रैफर करांगी क्योंकि मेरे कोल डालडा घ्यो नहीं सी इसलिए मैं इस विच रिफाइंड ऑयल यूज़ किया। अद्धा चम्मच इस विच बेकिंग पाउडर ते दो चुटकियां बेकिंग सोडा ते दो चुटकियां अजवाइन दियां पावांगे। इस तो बाद इसनूं चंगी तरह आपस विच मिक्स करांगे। इसका एक वधिया आटा तैयार कर लांगे। आटा तुसी देख सकते हो इस तरह का बनाउणा है कि इस तरह बाइंड हो जाए। जे तुहाडा आटा बाइंड हो जूगा तो मतलब परफेक्ट बनया है। बिस्कुटां दे आटे नूं हमेशा दुध नाल गुन्नया जांदा है। फ्रेंड्स हुण असीं दुध लवांगे ते दुध नाल आटे नूं गुन्नांगे। आटा जो असीं रोज़ रोटियां दा आटा गुन्नदे हां उस तों थोड़ा जिहा पतला गुन्नना है क्योंकि जो असीं मिठे नाल आटा गुन्नदे हां तां हमेशा बाद च सख्त हो जांदा है। ये देखो अद्धा कप दुध दा बच गया ते अद्धे कप नाल असीं आटा गुन्न लिया है। इस तों बाद असीं ऑल परपज़ मशीन लवांगे। इस विच असीं नमकीन वगैरह भी बना सकते हां ते बिस्कुट भी बना सकते हां। ये मार्केट विच्चों दो 250 रुपए की ईजीली अवेलेबल हो जाती है। इस तों बाद असीं पहलां इसनूं ग्रीस कर लांगे अंदरों तां कि जो आटा इस नाल चिपके ना। ਅਸੀਂ ਮਸ਼ੀਨ ਵਿੱਚ ਆਟਾ ਭਰਾਂਗੇ। ਫਰੈਂਡਸ ਜੇ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਹੱਥ ਨਾਲ ਵੀ ਬਿਸਕੁਟ ਬਣਾ ਸਕਦੇ ਹੋ। ਇਹ ਕੋਈ ਜ਼ਰੂਰੀ ਨਹੀਂ ਕਿ ਮਸ਼ੀਨ ਵਿੱਚ ਹੀ ਬਿਸਕੁਟ ਬਣਨਗੇ ਅਤੇ ਬਿਸਕੁਟਾਂ ਨੂੰ ਕੜਾਈ ਵਿੱਚ ਵੀ ਬੇਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕੜਾਈ ਵਾਲੀ ਵੀਡੀਓ ਵੇਖਣੀ ਹੈ ਤਾਂ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰਿਓ। ਇਸ ਤੋਂ ਬਾਅਦ ਅਸੀਂ ਪੀਜ਼ਾ ਪਲੇਟ ਲਵਾਂਗੇ। ਪਹਿਲਾਂ ਅਸੀਂ ਇਸ ਨੂੰ ਆਇਲ ਨਾਲ ਗਰੀਸ ਕਰ ਲਾਂਗੇ। ਹੁਣ ਅਸੀਂ ਬਿਸਕੁਟਾਂ ਨੂੰ ਬਣਾਵਾਂਗੇ। ਇਹ ਬਿਸਕੁਟ ਮੈਂ ਥੋੜ੍ਹੇ ਜਿਹੇ ਲੰਬੇ ਬਣਾ ਰਹੀ ਹਾਂ ਕਿਉਂਕਿ ਘਰ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਸ਼ੇਪ ਦੇ ਸਕਦੇ ਹੁੰਦੇ ਹਾਂ, ਹੈ ਨਾ, ਜਿਸ ਤਰ੍ਹਾਂ ਦੀ ਵੀ ਸਾਨੂੰ ਪਸੰਦ ਹੋਵੇ। ਇਸ ਤਰ੍ਹਾਂ ਮੈਂ ਪੂਰੀ ਪਲੇਟ ਰੈਡੀ ਕਰ ਲੂੰਗੀ ਬਿਸਕੁਟ ਬਣਾ ਕੇ। ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗ ਰਹੇ ਨੇ ਬੇਕ ਕਰਨ ਤੋਂ ਬਾਅਦ, ਇਸ ਤੋਂ ਵੀ ਵਧੀਆ ਲੱਗਣਗੇ ਤੇ ਖਾਣ ਵਿੱਚ ਟੇਸਟੀ ਵੀ। ਮੈਂ ਮਾਈਕ੍ਰੋਵੇਵ ਨੂੰ ਪਹਿਲਾਂ 190 ਡਿਗਰੀ 'ਤੇ 10 ਮਿੰਟ ਲਈ ਪ੍ਰੀਹੀਟ ਕਰ ਲਿਆ ਸੀ ਅਤੇ ਹੁਣ ਮੈਂ ਕਨਵੈਕਸ਼ਨ ਮੋਡ ਸਿਲੈਕਟ ਕਰਕੇ 190 ਡਿਗਰੀ 'ਤੇ ਹੀ 20 ਮਿੰਟ ਲਈ ਬੇਕ ਕਰਾਂਗੀ। ਸ਼ਾਇਦ ਮੈਂ ਜਦੋਂ ਟਾਈਮ ਸਿਲੈਕਟ ਕੀਤਾ ਸੀ ਉਹ ਵੀਡੀਓ ਮੈਂ ਕੈਪਚਰ ਨਹੀਂ ਕਰ ਪਾਈ। ਪਰ ਅਸੀਂ ਇਹਨਾਂ ਨੂੰ 20 ਮਿੰਟ ਲਈ ਬੇਕ ਕਰਨਾ। Thank you.
ਅਸੀਂ ਮਾਈਕ੍ਰੋਵੇਵ ਨੂੰ ਓਪਨ ਕਰਕੇ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਅੰਦਰੋਂ ਜਦੋਂ ਅਸੀਂ ਮਾਈਕ੍ਰੋਵੇਵ 'ਚੋਂ ਪਲੇਟ ਨੂੰ ਕੱਢਦੇ ਹਾਂ ਤਾਂ ਨਾਲ ਦੀ ਨਾਲ ਬਿਸਕੁਟਾਂ ਨੂੰ ਮਤਲਬ ਨਾ ਕੱਢੋ, ਕਿਉਂਕਿ ਇਹ ਨਾ ਸੋਚੋ ਕਿ ਬਣੇ ਨਹੀਂ, ਸੋਫਟ ਨੇ, ਹੈ ਨਾ, ਉਸ ਤਰ੍ਹਾਂ ਕ੍ਰਿਸਪੀ ਨਹੀਂ, ਕਿਉਂਕਿ ਇਹ ਜਦੋਂ ਥੋੜ੍ਹੀ ਜਿਹੀ ਹਵਾ ਦੇ ਕੰਟੈਕਟ 'ਚ ਆਉਣਗੇ ਨਾ ਤਾਂ ਆਪਣੇ ਆਪ ਕ੍ਰਿਸਪੀ ਹੋ ਜਾਣਗੇ। ਇਹ ਮੈਂ ਪਹਿਲਾਂ ਹੀ ਥੋੜ੍ਹਾ ਛੇੜਨ ਲੱਗ ਗਈ ਸੀ ਇਹਨਾਂ ਨੂੰ, ਕਿਉਂਕਿ ਮੈਨੂੰ ਸਬਰ ਨਹੀਂ ਪੈ ਰਿਹਾ ਸੀ। ਇਹਨਾਂ ਨੂੰ ਅਸੀਂ ਕੱਢ ਕੇ ਦੂਸਰੀ ਪਲੇਟ ਵਿੱਚ ਰੱਖ ਲਾਂਗੇ ਅਤੇ ਤੁਸੀਂ ਦੇਖ ਸਕਦੇ ਹੋ ਬਿਸਕੁਟ ਕਿੰਨੇ ਵਧੀਆ ਬਣੇ ਨੇ, ਅਤੇ ਇਹ ਵੀ ਦੇਖ ਸਕਦੇ ਹੋ ਕਿ ਕਿੰਨੇ ਕ੍ਰਿਸਪੀ ਬਣੇ ਨੇ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਬਣੇ ਨੇ। ਤੁਸੀਂ ਇਹਨਾਂ ਨੂੰ ਆਪਣੇ ਘਰ ਵਿੱਚ ਬਣਾ ਕੇ ਜ਼ਰੂਰ ਦੇਖੋ, ਕਿਉਂਕਿ ਘਰ ਵਿੱਚ ਅਸੀਂ ਸਫਾਈ ਨਾਲ ਅਤੇ ਆਪਣੀ ਮਨਪਸੰਦ ਨਾਲ ਚੀਜ਼ ਬਣਾ ਸਕਦੇ ਹਾਂ। ਥੈਂਕ ਯੂ ਫਰੈਂਡ ਮੇਰੀ ਵੀਡੀਓ ਦੇਖਣ ਲਈ। ਹੇ ਫਰੈਂਡਸ, ਮੇਰੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈੱਲ ਆਈਕਨ ਦਬਾ ਲਿਓ ਤਾਂ ਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।